ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਸਬਾ ਖਮਾਣੋ ਦੇ ਵਿਚ ਇਕੋ ਰਾਤ ਦੇ ਵਿਚ ਕਈ ਦੁਕਾਨਾਂ ਤੇ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਦੁਕਾਨਦਾਰਾਂ ਨੇ ਦਸਿਆ ਹੈ ਕਿ ਰਾਤ ਵੇਲੇ ਉਹ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਮਾਰ ਕੇ ਆਪੋ ਆਪਣੇ ਘਰ ਚਲੇ ਗਏ ਤੇ ਸਵੇਰ ਵੇਲੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਵਿਚੋਂ ਕੈਸ਼ ਚੋਰੀ ਹੋ ਗਿਆ ਹੈ ਤੇ ਚੋਰਾਂ ਨੇ ਉਨ੍ਹਾਂ ਦੇ CCTV ਕੈਮਰੇ ਵੀ ਤੋੜ ਦਿੱਤੇ ਨੇ ਤੇ DVR ਵੀ ਆਪਣੇ ਨਾਲ ਹੀ ਲੈ ਗਏ ਨੇ, ਲੇਕਿਨ ਦੁਕਾਨ ਦੇ ਵਿਚੋਂ ਚੋਰਾਂ ਵੱਲੋਂ ਸਿਰਫ ਕੈਸ਼ ਤੇ ਹੀ ਹੱਥ ਸਾਫ਼ ਕੀਤਾ ਗਿਆ ਹੈ, ਲੇਕਿਨ ਹੋਰ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਪਾਇਆ ਗਿਆ ਤੇ ਦੁਕਾਨਦਾਰਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਖਮਾਣੋ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਬ ਡਿਵੀਜ਼ਨ ਖਮਾਣੋ ਦੇ ਵਿੱਚ ਰਾਤ 2:30 ਵਜੇ ਦੇ ਕਰੀਬ ਚੋਰਾਂ ਨੇ 7 ਤੋਂ 8 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸੋ ਮੈਂ ਪਹਿਲੀ ਦੁਕਾਨ ਸੰਘੂ ਕਨਫੈਕਸ਼ਨਰੀ 'ਤੇ ਖੜ੍ਹਾਂ, ਤਸਵੀਰਾਂ ਦਿਖਾ ਦਈਏ। ਸੰਘੂ ਕਨਫੈਕਸ਼ਨਰੀ ਦੀਆਂ ਤਸਵੀਰਾਂ ਨੇ, ਅੰਦਰ ਲੈ ਚੱਲਦੇ ਹਾਂ ਜੀ। ਇਹ ਤਕਰੀਬਨ 2 ਵਜੇ ਤੋਂ ਬਾਅਦ ਦੀ ਗੱਲ ਹੈ ਜੀ। ਅੱਛਾ ਜੀ। ਉਸ ਤੋਂ ਬਾਅਦ 4 ਵਜੇ ਦੇ ਵਿੱਚ ਵਿੱਚ ਇਹ ਕਈ ਦੁਕਾਨਾਂ ਦੇ ਸ਼ਟਰ ਪੱਟੇ ਗਏ ਆ ਤੇ ਸ਼ਟਰ ਪੱਟ ਕੇ ਗੱਲਿਆਂ 'ਚੋਂ ਪੈਸੇ ਲੈ ਕੇ ਗਏ ਆ, ਹੋਰ ਕੁਛ ਨਹੀਂ ਛੱਡਿਆ ਉਹਨਾਂ ਨੇ। ਕਿੰਨੀ ਕੁ ਰਾਸ਼ੀ ਸੀ ਤੁਹਾਡੇ? ਰਾਸ਼ੀ ਯਾਨੀ ਕਿ ਤਕਰੀਬਨ 4-5 ਹਜ਼ਾਰ ਰੁਪਇਆ ਸੀਗਾ ਜੀ। 4-5 ਹਜ਼ਾਰ? ਹਾਂ ਜੀ। ਅੱਛਾ, ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ? ਪਤਾ ਜਦੋਂ ਦੁੱਧੀ ਗੱਡੀ ਆਈ ਹੈ 5 ਵਜੇ ਉਦੋਂ ਪਤਾ ਲੱਗਿਆ ਜੀ। ਅੱਛਾ। ਇਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਖਮਾਣੋ ਦੇ ਵਿੱਚ ਇੱਕੋ ਰਾਤ ਦੇ ਵਿੱਚ 7-8 ਵਾਰਦਾਤਾਂ ਹੋਈਆਂ ਔਰ ਚੋਰਾਂ ਨੇ 7-8 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਸਿਰਫ ਕੈਸ਼ ਮਤਲਬ ਜਿਹੜੀ ਨਗਦੀ ਸੀ ਉਹਨਾਂ ਕੋਲ ਉਹੀ ਮਤਲਬ ਲੈ ਕੇ ਗਏ ਨੇ, ਹੋਰ ਕਿਸੇ ਤਰ੍ਹਾਂ ਦੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ। ਸਾਨੂੰ ਲੱਗਿਆ ਜੀ 10 ਮਿੰਟ ਬਾਅਦ ਚੌਂਕੀਦਾਰ ਨੇ ਫੋਨ ਕੀਤਾ ਜਦ। ਹਾਂਜੀ ਹਾਂਜੀ। ਔਰ ਫਿਰ ਨਗਦੀ ਕਿੰਨੀ ਪਈ ਸੀ? ਨਗਦੀ ਕੱਲ੍ਹ ਵਾਲੀ ਕੈਸ਼ ਸਾਰੇ ਹੀ ਵੇਰ ਕੇ ਦੁੱਧ ਨੂੰ ਦੇਣਾ ਸੀਗਾ, ਬ੍ਰੈਡ ਨੂੰ, ਜੋ ਸਮਾਨ ਆਇਆ ਸੀ ਕੱਲ੍ਹ ਖੰਨੇ ਤੋਂ ਉਹਨੂੰ ਦੇਣੀ ਦੀ ਪੇਮੈਂਟ। ਹੋਰ ਨੁਕਸਾਨ ਕੋਈ ਨਹੀਂ ਹੋਇਆ ਜੀ, ਨਾ ਇੱਕ ਟੋਫੀ ਵੀ ਨਹੀਂ ਚੱਕੀ, ਕੈਮਰਾ ਨਹੀਂ ਲੱਗਿਆ ਹੋਇਆ ਜੀ। ਸਤਿ ਸ਼੍ਰੀ ਅਕਾਲ ਜੀ। ਕਿੰਨੇ ਕੁ ਵਜੇ ਦੀ ਘਟਨਾ, ਕੀ ਤੁਹਾਡਾ ਚੋਰੀ ਹੋਇਆ ਰਾਤ ਸਮੇਂ? ਸਾਡੇ ਤਾਂ ਕੈਸ਼ ਚੋਰੀ ਹੋਇਆ ਸੀ, ਭਾਨ ਪਈ ਸੀ ਜੀ ਵਿੱਚ। ਅੱਛਾ। ਤੇ 3:40 ਤੇ ਮੈਨੂੰ ਚੌਂਕੀਦਾਰ ਦਾ ਫੋਨ ਗਿਆ ਜੀ, 3:50 ਤੇ ਫਿਰ ਮੈਂ ਆ ਗਿਆ। ਮੈਨੂੰ ਚੌਂਕੀਦਾਰ ਫੋਨ ਗਿਆ ਵੀ ਸਾਡਾ ਥੋੜਾ ਸ਼ਟਰ ਟੁੱਟਿਆ ਪਿਆ ਹੈ। ਅੱਛਾ। ਤੇ ਮੈਨੂੰ ਦੇਖ ਕੇ ਲੋਕ ਬੰਦੇ ਭੱਜ ਗਏ, ਸਾਨੂੰ ਐਂ ਤਾਂ ਵੀ ਸ਼ਟਰ ਟੁੱਟਿਆ ਵੀ ਸ਼ੀਸ਼ਾ ਦਾ ਦਰਵਾਜ਼ਾ ਲੱਗਿਆ ਹੋਇਆ। ਜਦ ਆ ਕੇ ਦੇਖਿਆ ਵੀ ਆ ਸ਼ਟਰ ਉੱਪਰ ਤੱਕ ਚੱਕਿਆ ਤਾਂ ਥੋੜ੍ਹਾ ਸ਼ੀਸ਼ਾ ਖੋਲ੍ਹ ਕੇ ਅੰਦਰ ਬੜੇ ਹੋਏ ਸੀ। ਜਦ ਅੰਦਰ ਪੁਲਿਸ ਵਾਲਿਆਂ ਨੂੰ ਬੁਲਾਇਆ ਤਾਂ ਅੰਦਰ ਆ ਕੇ ਦੇਖਿਆ ਤਾਂ ਗੱਲੇ ਖਾਲੀ ਕਰੇ ਤੇ ਵਿੱਚੇ ਭਾਨ ਪਈ ਦੀ, ਵਿੱਚੇ ਕੈਸ਼ ਪਿਆ। ਨਗਦੀ 25-30 ਹਜ਼ਾਰ ਰੁਪਏ ਦਾ, 10 ਹਜ਼ਾਰ ਦੀ ਭਾਨ ਸੀ। ਹਰ ਦੁਕਾਨ ਦੇ ਉੱਤੇ ਜਿੱਥੇ DVR ਕੈਮਰੇ ਲੱਗੇ ਹੋਏ ਸੀ ਉੱਥੇ DVR ਚੋਰ ਨੇ ਜਿਹੜੇ ਉਹ ਜਾਂਦੇ ਸਮੇਂ ਆਪਣੇ ਨਾਲ ਲੈ ਗਏ ਤਾਂ ਕਿ ਚੋਰਾਂ ਦਾ ਪਤਾ ਨਾ ਲਗਾਇਆ ਜਾ ਸਕੇ। ਪਰੰਤੂ ਬਾਜ਼ਾਰ ਦੀ ਜਦੋਂ ਫੁਟੇਜ ਚੈੱਕ ਕੀਤੀ ਦੇਖਿਆ ਤਾਂ ਇੱਕ ਸਵਿਫਟ ਕਾਰ ਮੇਰੇ ਖਿਆਲ 2:30 ਵਜੇ ਦੇ ਕਰੀਬ ਬਾਜ਼ਾਰ ਦੇ ਵਿੱਚ ਘੁੰਮਦੀ ਵੇਖੀ ਗਈ। ਸੋ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ, ਵੈਰੀਫਾਈ ਕਰਨ ਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਿਕ ਫਿਰ ਕਾਰਵਾਈ ਕੀਤੀ ਜਾਊਗੀ। ਪਰੰਤੂ ਕਿੰਨੀਆਂ ਚੋਰੀਆਂ ਹੋਣ ਦੀ ਮਾਮਲਾ ਜਾਣਕਾਰੀ ਤੁਹਾਡੇ ਹਿੱਤ ਹੈ ਜੀ? ਅਜੇ ਕੰਪਲੇਂਟ ਆਈ ਹੈ ਸਾਡੇ ਕੋਲ, ਤੋਂ ਪੁਲਿਸ SHO ਸਾਹਿਬ ਲੱਗੇ ਹੋਏ ਹੈ ਔਰ ਪਾਰਟੀ ਉੱਥੇ ਭੇਜੀ ਹੋਈ ਹੈ। ਪੁਲਿਸ ਕਿਹੜੇ ਕਿਹੜੇ ਪਹਿਲੂਆਂ ਤੇ ਇਹਦੀ ਜਾਂਚ ਕਰ ਰਹੀ ਹੈ ਜੀ ਚੋਰੀਆਂ ਦੀ? ਦੇਖੋ ਜੀ, ਮੈਂ ਉਹੀ ਕਹਿ ਰਹਾ ਹਾਂ, ਅਜੇ ਸਾਡੇ ਕੋਲ ਨਾ ਕੰਪਲੇਂਟ ਆਈ ਹੈ ਔਰ ਕੰਪਲੇਂਟ ਦੇ ਆਧਾਰ ਤੇ ਪੁਲਿਸ ਅੱਗੇ ਜਾਂਚ ਕਰ ਰਹੀ ਹੈ ਜੀ। ਜਿਹੜੀ ਵੀ ਕੋਈ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਊਗੀ। ਚਲੋ, ਥੈਂਕ ਯੂ ਜੀ, ਧੰਨਵਾਦ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਲੇਕਿਨ ਜਾਂਚ ਵਿੱਚ ਹੀ ਸਾਫ਼ ਹੋ ਸਕੇਗਾ ਕਿ ਚੋਰੀ ਕਰਨ ਵਾਲੇ ਚੋਰ ਆਖਰ ਕਿੱਥੋਂ ਆਏ ਸੀ ਤੇ ਕਿੱਧਰ ਨੂੰ ਚਲੇ ਗਏ ਤੇ ਕਿੰਨਾ ਕੈਸ਼ ਆਖਰ ਉਨ੍ਹਾਂ ਵੱਲੋਂ ਚੋਰੀ ਕੀਤਾ ਗਿਆ ਹੈ। ਜਗਬਾਣੀ TV ਲਈ ਖਮਾਣਾ ਤੋਂ ਜਗਜੀਤ ਸਿੰਘ ਜਟਾਣਾ ਦੀ ਰਿਪੋਰਟ।